जेकर तुसी भी अपने घर जा खेतां च काम करन लई भैया रखे है तां जरा सावधान हो जावो क्योंकि अजेही ही गलती पिंड चेलेके दे किसान दिलजीत सिंह नूं महंगी पैगी। दिलजीत कोल परसों ही एक भैया काम मंगन आया सी जिस नूं कि उसने बिना जांच कीते रख लिया ते शुक्रवार नूं उसी भैया ने 5-7 कहियां दे वार करके दिलजीत सिंह नूं मौत दे घाट उतार दिता। जानकारी मुताबिक सवेर दा खाना खान तो बाद भैया किसान नाल खेतां च काम करन गया सी पर जदों खेतां विच जाके वेख्या तां दिलजीत सिंह दी लाश पई सी पर भैया उत्थों गायब सी ते घर जाके सब्जियां दी फसल नूं वेख रिहा सी पर बाद विच उसने खुद ही दस दिता कि उसने किसान नूं मारिया है ते इन्ना कह के उत्थों भज गया। हुण परिवारक मैंबरां ने मंग कीती है कि उस खिलाफ बनदी कारवाई कीती जावे। साडे जीजा जी सी साडे भुआई दे जवाई सीगे इन्हां दे भैया रख्या होया सीगा कल परसों दा चेलेके पिंड दा जी और ये बाहर मोटर चलाउण गया किला क हटवी मोटर सीगी पता नहीं इन्हां दा साल क पहलां भाइयां नाल झगड़ा होया सीगा कुछ नुकसान करन तों पहलां उन्हां ने उस रंजिश च कीता किवें कीता इन्हां ने सवेरे पिछों कहियां दे वार करके 6-7 वार करके ते मर्डर कर दित्ता है। ਇਹ ਤੇ ਭਈਆ ਪਰਸੋਂ ਹੀ ਆਇਆ ਜੀ ਉਹ ਸਾਜਿਸ਼ ਤਹਿਤ ਹੀ ਆਇਆ ਜੀ ਐਵੇਂ ਸਾਨੂੰ ਤਾਂ ਐਵੇਂ ਲੱਗਦਾ ਜਿਵੇਂ ਸਾਜਿਸ਼ ਤਹਿਤ ਆਇਆ ਇਹਨਾਂ ਕੋਲ ਵੀ ਸਾਲ ਦਾ ਪਹਿਲਾ ਬਦਲਾ ਲੈਣ ਆਏ ਆ ਹੁਣ ਤਾਂ ਪੁਲਿਸ ਇਨਵੈਸਟੀਗੇਸ਼ਨ ਕਰੂ ਤੇ ਪਤਾ ਲੱਗਣਾ ਵੀ ਇਹਦੇ ਚੋਂ ਕੀ ਨਿਕਲਦਾ। ਉਧਰ ਪੁਲਿਸ ਨੇ ਮੁਲਜ਼ਮ ਭਈਏ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਵਕਤ ਕੋਈ ਦਿਨ ਦੇ 1 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਦਲਜੀਤ ਸਿੰਘ ਨਾਮ ਦੇ ਵਿਅਕਤੀ ਦਾ ਉਹਦੇ ਰੱਖੇ ਹੋਏ ਨੌਕਰ ਵੱਲੋਂ ਕਤਲ ਕਰ ਦਿੱਤਾ ਗਿਆ ਜੋ ਉਹਦੇ ਭਰਾ ਰਣਜੀਤ ਸਿੰਘ ਦੀ ਸਟੇਟਮੈਂਟ ਦੇ ਉੱਪਰ ਕੇਸ ਰਜਿਸਟਰ ਕਰਕੇ ਮੌਕਾ ਪਰ ਜਾ ਕੇ ਡੈਡ ਬੋਡੀ ਨੂੰ ਕਬਜ਼ੇ ਵਿੱਚ ਲੈ ਲਿਆ ਜਿਸ ਨੌਕਰ ਵੱਲੋਂ ਕਤਲ ਕੀਤਾ ਗਿਆ ਉਹਨੂੰ ਅਰੈਸਟ ਕਰ ਲਿਆ। ਹੁਣ ਕਤਲ ਦੇ ਪਿੱਛੇ ਦੀ ਵਜ੍ਹਾ ਕੀ ਹੈ ਉਹ ਤਾਂ ਮੁਕੰਮਲ ਜਾਂਚ ਤੋਂ ਬਾਅਦ ਪਤਾ ਚੱਲੇਗਾ ਪਰ ਕਿਸੇ ਵੀ ਸ਼ਖਸ ਨੂੰ ਕੰਮ ਤੇ ਰੱਖਣ ਤੋਂ ਪਹਿਲਾਂ ਇੱਕ ਵਾਰ ਤਸਦੀਕ ਜ਼ਰੂਰ ਕਰ ਲਵੋ ਨਹੀਂ ਤਾਂ ਤੁਹਾਡੀ ਲਾਪਰਵਾਹੀ ਤੁਹਾਨੂੰ ਹੀ ਮਾੜੀ ਪੈ ਸਕਦੀ ਹੈ। ਅਜਨਾਲਾ ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563 ਤੇ।